ਅੱਜ ਆਪਾਂ ਆਏ ਹੋਏ ਹਾਂ ਜੀ ਉਰੇ ਆਪਣੀ ਗੱਡੀ ਨੂੰ ਠੀਕ ਕਰਾਉਣ ਜੀ, ਅਤੇ ਆਪਣੀ ਗੱਡੀ 'ਚ ਪ੍ਰੋਬਲਮ ਆ ਰਹੀ ਹੈ, ਆ 3 ਗੇਅਰਾਂ ਦੀ ਪ੍ਰੋਬਲਮ ਆ ਰਹੀ ਆਪਣੀ ਗੱਡੀ ਦੇ ਵਿੱਚ, ਦੂਜੇ ਦੀ ਅਤੇ ਚੌਥੇ ਦੀ ਅਤੇ ਬੈਕ ਦੀ ਪ੍ਰੋਬਲਮ ਆ ਰਹੀ ਆ, ਆਹ ਗੇਅਰ ਔਖੇ ਪੈਂਦੇ ਨੇ, ਅਤੇ ਬਾਈ ਕਹਿੰਦਾ ਇਹਦੀ ਐਡਜਸਟਮੈਂਟ ਹੋਊਗੀ, ਅਤੇ ਹੁਣ ਆਪਾਂ ਦੇਖਦੇ ਹਾਂ ਵੀ ਕੀ ਹੋਊਗਾ। ਪਹਿਲੇ ਆ ਇਹਦੀ ਤਾਰ ਟੁੱਟ ਗਈ ਸੀਗੀ ਗੇਅਰ ਦੀ, ਹੁਣ ਆਪਾਂ ਦੇਖਦੇ ਹਾਂ ਵੀ ਬਾਈ ਕੀ ਕਹਿੰਦਾ। ਬਸ ਲਓ ਬਾਈ ਨੇ, ਆਹ ਦੇਖੋ ਬਾਈ ਨੇ ਖੋਲ੍ਹ ਲਿਆ ਗੱਡੀ, ਅਤੇ ਬਾਈ ਆਹ ਕਰਦਾ ਪਿਆ, ਜਿਹੜੀ ਪ੍ਰੋਬਲਮ ਆ ਰਹੀ ਹੈ ਉਹ ਮੈਨੂੰ ਲੱਗਦਾ ਉਰੇ ਤੋਂ ਆ ਰਹੀ ਹੈ ਪ੍ਰੋਬਲਮ। ਆਹ ਦੇਖੋ ਆਹ ਢਿੱਲਾ ਫਿਰ ਰਿਹਾ, ਉਹ ਦੇਖੋ ਉਹ ਅੱਗੇ ਤੋਂ ਆ ਰਹੀ ਹੈ ਸ਼ਾਇਦ ਪ੍ਰੋਬਲਮ, ਨੀਚੇ ਤੋਂ ਉਹ ਸਾਹਮਣੇ ਤੋਂ ਜੀ, ਉਹ ਉੱਥੇ ਤੋਂ ਉਹਦੀ ਐਡਜਸਟਮੈਂਟ ਹੋ ਗਈ। ਬਾਕੀ ਆਪਾਂ ਦੇਖ ਰਹੇ ਹਾਂ ਬਾਈ ਜੋ ਕਰਦਾ ਪਿਆ। ਹਾਂਜੀ ਉਹ ਬਾਈ ਨੇ ਵਾਇਰਿੰਗ ਕੱਢ ਲਈ, ਅਤੇ ਇਹਦੇ ਵਿੱਚ ਦੇਖ ਰਹੇ ਹਾਂ ਵੀ ਕਿਆ ਪ੍ਰੋਬਲਮ ਹੈ, ਵਾਇਰਿੰਗ ਖੋਲ੍ਹ ਲਿਆ ਬਾਈ ਨੇ, ਹੁਣ ਦੂਜੀ ਵਾਇਰਿੰਗ ਨਾਲ ਮਿਲਾ ਕੇ ਦੇਖਦੇ ਪਏ ਹਾਂ ਗੇਅਰ ਵਾਲੀ ਨਾਲ ਵੀ ਇਹਦੇ 'ਚ ਕੋਈ ਉਹ ਤਾਂ ਨਹੀਂ ਹੈਗਾ। ਦੇਖ ਲਓ ਜੀ ਆਹ ਇੱਦਾਂ ਇਹਦੀ ਪ੍ਰੋਬਲਮ ਹੈ ਸ਼ਾਇਦ, ਇਸ ਚੀਜ਼ ਦੀ ਪ੍ਰੋਬਲਮ ਹੈ, ਜਾਂ ਵਾਇਰਿੰਗ ਹੀ ਬਦਲਣੀ ਪਊਗੀ, ਉਹ ਆਪਾਂ ਦੇਖ ਲੈਂਦੇ ਹਾਂ ਕੀ ਹੋਊਗਾ। ਬਾਕੀ ਮੈਂ ਤੁਹਾਨੂੰ ਜੋ ਵੀ ਹੋਇਆ ਮੈਂ ਦੱਸ ਦੂੰਗਾ ਤੁਹਾਨੂੰ। ਲਓ ਜੀ ਵਾਇਰਿੰਗ ਤਾਂ ਆ ਗਈ, ਹੁਣ ਬਾਈ ਵਾਇਰਿੰਗ ਪਾ ਰਿਹਾ, ਉਹ ਕਹਿੰਦੇ ਵਾਇਰਿੰਗ ਦਾ ਹੀ ਨੁਕਸਾ ਬਾਈ ਕਹਿੰਦਾ ਸੀ। ਬਾਕੀ ਹੁਣ ਪਾ ਕੇ ਚੈੱਕ ਕਰਦੇ ਹਾਂ ਵੀ ਪ੍ਰੋਬਲਮ ਕੀ ਸੀਗੀ। ਹਾਂਜੀ ਜੋ ਪ੍ਰੋਬਲਮ ਸੀਗੀ ਆਪਣੀ ਗੇਅਰ ਦੀ ਪ੍ਰੋਬਲਮ ਉਹ ਸੌਟ ਆਊਟ ਹੋ ਗਈ ਹੈ, ਉਹ ਤਾਂ ਵਾਇਰ ਦੀ ਪ੍ਰੋਬਲਮ ਸੀਗੀ ਜਿਹੜੀ ਗੇਅਰ ਵਾਲੀ ਵਾਇਰ ਹੁੰਦੀ ਹੈ ਨਾ। ਦੇਖੋ ਹੁਣ ਤਾਂ ਓਕੇ ਪੈ ਰਹੀਆਂ ਗੇਅਰ, ਓਕੇ ਹੋ ਗਈ ਹੁਣ ਤਾਂ ਗੱਡੀ। ਜੋ ਪ੍ਰੋਬਲਮ ਸੀਗੀ ਉਹ ਗੇਅਰ ਦੀ ਪ੍ਰੋਬਲਮ, ਵਾਇਰ ਦੀ ਪ੍ਰੋਬਲਮ ਸੀਗੀ, ਆਪਾਂ ਨੇ ਵਾਇਰ ਬਦਲਾ ਤੀ ਅਤੇ ਹੁਣ ਓਕੇ ਰਿਪੋਰਟ ਹੋ ਗਈ ਗੱਡੀ। ਚਲੋ ਠੀਕ ਹੈ ਜੀ, ਓਕੇ। ਬਾਕੀ ਜੇ ਤੁਹਾਨੂੰ ਚੰਗੀ ਲੱਗੀ ਵੀਡੀਓ ਤਾਂ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰੋ ਜੀ, ਧੰਨਵਾਦ ਜੀ।